ਆਪਣੇ ਨਾਲ ਮਨਨ ਗੁਪਤਾ ਜੀ ਵੀ ਆ ਗਏ ਨੇ ਸਾਡਾ ਅਗਲਾ ਸੈਗਮੈਂਟ ਹੁੰਦਾ ਜਿਹਦੇ ਵਿੱਚ ਅਸੀਂ ਟਰੱਕਿੰਗ ਟ੍ਰੈਫਿਕ ਐਂਡ ਰੋਡ ਸੇਫਟੀ ਦੀ ਗੱਲ ਕਰਦੇ ਹਾਂ ਤੇ ਇੱਥੇ ਮਨਨ ਜੀ ਦੇ ਕੋਲੋਂ ਵੀ ਆਪਣੇ ਇਸ ਅੰਦੋਲਨ ਦੇ ਬਾਰੇ 'ਚ ਕੀ ਚੱਲ ਰਿਹਾ ਕਿਵੇਂ ਅਬਜ਼ਰਵ ਕਰਦੇ ਆ ਕੀ ਦੇਖਦੇ ਨੇ ਇਹਨਾਂ ਦੇ ਵਿਚਾਰ ਵੀ ਲੈਣੇ ਆ ਤੇ ਨਾਲ ਪਰਮਿੰਦਰ ਰਾਏ ਸਾਹਿਬ ਤੋਂ ਵੀ ਥੋੜੇ ਜਿਹੇ ਹੋਰ ਵਿਚਾਰ ਸੁਣਾਂਗੇ ਜਿੱਦਾਂ ਇਹਨਾਂ ਦੀ ਫਤਿਹ ਸਾਂਝੀ ਹੋਈ ਹੈ ਪਹਿਲਾਂ ਤਾਂ ਮਨਨ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ ਥੈਂਕ ਯੂ ਵੈਰੀ ਮਚ ਹਰਜਿੰਦਰ ਗਿੱਲ ਸ਼ੋਅ ਦੇ ਨਾਲ ਜੁੜੇ ਸਾਰੇ ਹੀ ਲਿਸਨਰਸ ਨੂੰ ਬਹੁਤ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂਨ ਔਰ ਪੈਨਲ ਤੇ ਇਹਨੋ ਮਹਾਨ ਸ਼ਖਸੀਅਤਾਂ ਮੌਜੂਦ ਨੇ ਬੌਬੀ ਸਿੱਧੂ ਜੀ ਤਾਂ ਆਲਰੇਡੀ ਪੋਲੀਟੀਕਲ ਵਿਸ਼ਲੇਸ਼ਕ ਹੈਗੇ ਇਹਨੇ ਬੜੀ ਬਰੀਕੀ ਨਿਗਾਹ ਰੱਖਦੇ ਨੇ ਨਾ ਸਿਰਫ ਇੱਥੇ ਬਲਕਿ ਸੱਤ ਸਮੁੰਦਰ ਪਾਰ ਦੀਆਂ ਖ਼ਬਰਾਂ ਦੀਆਂ ਡਿਵੈਲਪਮੈਂਟਸ ਦੀਆਂ ਸੋ ਡੈਫੀਨੇਟਲੀ ਬਹੁਤ ਹੀ ਇੰਪੋਰਟੈਂਟ ਇੱਕ ਇਸ ਵੇਲੇ ਸਟੇਜ ਤੇ ਜਿਹੜੇ ਉੱਥੇ ਦਾ ਯੂਨੋ ਈਵੈਂਟਸ ਚੱਲ ਰਹੇ ਨੇ ਐਂਡ ਵੀ ਜਸਟ ਹੋਪ ਕਿ ਜਿਹੜੀਆਂ ਵੀ ਡਿਵੈਲਪਮੈਂਟਸ ਨੇ ਉਹ ਪੋਜ਼ਿਟਿਵ ਰੂਪ ਦੇ ਵਿੱਚ ਉਹਦਾ ਕੁਛ ਨਾ ਕੁਛ ਅਮਲੀ ਜਾਮਾ ਜ਼ਰੂਰ ਨਿਕਲੇ ਰਾਈਟ ਅੱਛਾ ਮਨਨ ਜੀ ਤੁਸੀਂ ਇੰਟਰਨੈਸ਼ਨਲ ਪੋਲਿਟਿਕਸ ਨੂੰ ਕਾਫੀ ਤੁਸੀਂ ਵੀ ਕਲੋਜ਼ਲੀ ਵਾਚ ਕਰਦੇ ਹੋ ਤੁਹਾਨੂੰ ਲੱਗਦਾ ਕਿ ਜਿਹੜੀ ਇੰਟਰਫੇਰੈਂਸ ਦੀ ਗੱਲ ਚੱਲ ਰਹੀ ਹੈ ਚਾਹੇ ਉਹ ਇੰਡੀਅਨ ਪ੍ਰਾਈਮ ਮਿਨਿਸਟਰ ਅਮਰੀਕਾ ਜਾ ਕੇ ਰੈਲੀਆਂ ਕਰਦਾ ਚਾਹੇ ਇੰਡੀਅਨ ਪ੍ਰਾਈਮ ਮਿਨਿਸਟਰ ਇੰਡੀਆ 'ਚ ਜਾ ਕੇ ਕੋਈ ਆਪਣੀ ਇਸ ਤਰ੍ਹਾਂ ਦੀ ਪ੍ਰੋਪੇਗੰਡੇ ਦੇ ਲਈ ਜਾਂ ਫਿਰ ਪੋਲੀਟੀਕਲ ਮਾਈਲੇਜ ਲੈਣ ਦੇ ਲਈ ਜਸਟਿਨ ਟਰੂਡੋ ਹੋ ਰਹੀ ਜਾਂ ਕੋਈ ਹੋਰ ਲੀਡਰ ਜਾਂਦਾ ਜਾਂ ਉਹ ਕਿਸੇ ਕੈਨੇਡਾ ਤੇ ਆ ਕੇ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਪੋਲੀਟੀਕਲ ਮਾਈਲੇਜ ਲੈਣ ਦੀ ਗੱਲ ਕਰਦੇ ਓਵਰਆਲ ਸਾਰੇ ਸਿਨੈਰੀਓਜ਼ ਜਦੋਂ ਅਸੀਂ ਦੇਖੀਏ ਕੀ ਇਹ ਸਿਰਫ ਔਰ ਸਿਰਫ ਸਿੰਬੋਲਿਕਲ ਔਰ ਬਸ ਇੱਕ ਜੈਸਚਰਸ ਤੱਕ ਸੀਮਤ ਹੁੰਦੇ ਆ ਕਿ ਜਾਂ ਇਹਨਾਂ ਦਾ ਕੋਈ ਪ੍ਰਭਾਵ ਵੀ ਇੱਕ ਦੂਸਰੀ ਕੰਟਰੀ ਦੇ ਉੱਤੇ ਹੁੰਦਾ ਜਿਹੜਾ ਸਵਾਲ ਮੈਂ ਬਾਬੀ ਜੀ ਨੂੰ ਪੁੱਛਿਆ ਸੀ ਇੰਟਰਨੈਸ਼ਨਲ ਪ੍ਰੈਸ਼ਰ ਨਾਂ ਦੀ ਕੋਈ ਚੀਜ਼ ਹੁੰਦੀ ਹੈ ਕਿ ਜਾਂ ਸਿਰਫ ਇੱਕ ਖੋਖਲੇ ਰਿਲੇਸ਼ਨਸ ਹੀ ਦੇਖਦੇ ਆ ਦੇਖੋ ਇਹਦੀਆਂ ਜਿਹੜੀਆਂ ਰਿਪਰਕਸ਼ਨਸ ਨੇ ਉਹ ਬੜੀਆਂ ਦੂਰ ਤੱਕ ਜਾਂਦੀਆਂ ਨੇ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਨੇ ਉਹਨਾਂ ਵਿੱਚ ਕਿੰਨਾ ਕੁ ਉਤਾਰ ਚੜਾਵ ਆਉਂਦਾ ਆ ਤਾਂ ਸਮੇਂ ਦੱਸੇਗਾ ਲੇਕਿਨ ਇਰੀਟੇਸ਼ਨ ਫੈਕਟਰ ਇੱਕ ਜ਼ਰੂਰ ਆ ਜਾਂਦਾ ਇੱਕ ਅਨਨੈਸੈਸਰੀ ਜਿਹੜੀ ਜਿਹੜੀ ਤਲਖੀ ਹੈਗੀ ਹੈ ਜਿਹੜਾ ਤਣਾਅ ਹੈ ਉਹ ਡਿਪਲੋਮੈਟਿਕ ਸੋਰਸਿਸ ਦੇ ਵਿੱਚ ਡਿਵੈਲਪ ਹੋ ਜਾਂਦਾ ਜੋ ਕਿ ਰਿਫਲੈਕਟ ਵੀ ਹੋ ਰਿਹਾ ਹੈ ਰੀਸੈਂਟਲੀ ਜਿਹੜੀ ਅੱਜ ਖਬਰ ਆ ਰਹੀ ਹੈ ਕਿ ਇੰਡੀਅਨ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨੇ ਜਿਹੜੀ ਇੱਕ ਮੀਟਿੰਗ ਕਰਨੀ ਸੀਗੀ ਯੂ ਨੋ ਵਰਚੁਅਲ ਕੈਨੇਡੀਅਨ ਫੋਰਨ ਮਿਨਿਸਟਰ ਨਾਲ ਉਹ ਉਹਨਾਂ ਨੇ ਪੋਸਟਪੋਨ ਜਾਂ ਰੱਦ ਜਾਂ ਜੋ ਵੀ ਕੈਂਸਲ ਕਰ ਦਿੱਤੀ ਹੈ ਸੋ ਡੈਫੀਨੇਟਲੀ ਦੂਸਰੇ ਪਾਸੇ ਜੇ ਅਸੀਂ ਗੱਲ ਕਰੀਏ ਹਰਜਿੰਦਰ ਜੀ ਗਲੋਬਲ ਜਿਸ ਵੇਲੇ ਅਸੀਂ ਵਿਲੇਜ ਦੀ ਗੱਲ ਕਰਦੇ ਹਾਂ ਨਾ ਉਹ ਜਿਹੜੇ ਇੱਕ ਡਿਫਰੈਂਸ ਹੈਗਾ ਹੈ ਜਿਹੜਾ ਇੱਕ ਅਸੀਂ ਇੱਕ ਯੂ ਨੋ ਗੈਪ ਰੱਖਣਾ ਚਾਹੁੰਦੇ ਹਾਂ ਇੰਟਰਫੇਰੈਂਸ ਦਾ ਉਹ ਅੱਜ ਕੱਲ੍ਹ ਖਤਮ ਹੋ ਗਿਆ ਯੂ ਨੋ ਜੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਇੱਥੋਂ ਦੀ ਡੋਮੈਸਟਿਕ ਆਡੀਅੰਸ ਨੂੰ ਦੇ ਕੇ ਜੇ ਕੋਈ ਬਿਆਨ ਦਿੱਤਾ ਹੈ ਬੇਸਡ ਅਪੋਨ ਫੈਕਟ ਸਪੀਕਰ ਜਾਂ ਕੈਨੇਡਾ ਦਾ ਜਿਹੜਾ ਇੱਕ ਹਿਊਮਨ ਰਾਈਟਸ ਜਾਂ ਜਿਹੜੀ ਕੈਨੇਡਾ ਦੀ ਜਿਹੜੀ ਗਲੋਬਲ ਇੱਕ ਸੋਚ ਆ ਉਹਦੇ ਬੇਸ ਦੇ ਉੱਤੇ ਤੇ ਉਹ ਉਹਨਾਂ ਨੂੰ ਕੋਈ ਰੋਕਣਾ ਯੂ ਨੋ ਇੰਨਾ ਆਸਾਨ ਨਹੀਂ ਹੈਗਾ ਲੇਕਿਨ ਦੂਸਰੇ ਪਾਸੇ ਹੁਣ ਆਹ ਵੀ ਦੇਖਣਾ ਪਏਗਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਕੀ ਦੁਨੀਆਂ ਦੇ ਹਰ ਦੇਸ਼ ਦੇ ਵਿੱਚ ਹੋਣ ਵਾਲੇ ਹਿਊਮਨ ਰਾਈਟਸ ਵਾਇਲੇਸ਼ਨ ਸੋ ਕਾਲਡ ਇਸ ਤਰ੍ਹਾਂ ਦੀਆਂ ਪੀਸਫੁਲ ਪ੍ਰੋਟੈਸਟ ਦੇ ਉੱਤੇ ਦਖਲਅੰਦਾਜ਼ੀ ਦੇਣਗੇ ਜਾਂ ਸਿਰਫ ਉਹਨਾਂ ਨੇ ਇੰਡੀਅਨ ਅਫੇਅਰਸ ਦੇ ਉੱਤੇ ਕੀਤਾ ਸੋ ਦੈਟ ਵੁੱਡ ਬੀ ਅ ਵਾਚਿੰਗ ਪੁਆਇੰਟ ਲੇਕਿਨ ਹੈਵਿੰਗ ਸੈਡ ਦੈਟ ਅੱਜ ਕੱਲ੍ਹ ਗਲੋਬਲ ਵਿਲੇਜ ਹੈ ਅਸੀਂ ਕਹਿੰਦੇ ਹਾਂ ਕਿ ਕੋਈ ਯੂ ਨੋ ਦੋਨੋਂ ਦੇਸ਼ਾਂ ਦੀ ਇਕਾਨਮੀ ਇੰਪਰੂਵ ਹੋਣੀ ਚਾਹੀਦੀ ਇਕਾਨਮੀ ਤਦ ਹੀ ਇੰਪਰੂਵ ਹੁੰਦੀ ਹੈ ਜਿਸਲੇ ਪੀਪਲ ਟੂ ਪੀਪਲ ਕੰਟੈਕਟਸ ਔਰ ਪੀਪਲ ਟੂ ਪੀਪਲ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਦੇ ਪੋਲੀਟੀਕਲ ਲੀਡਰਸ਼ਿਪ ਯੂ ਨੋ ਆਪਣੀ ਇੱਛਾ ਸ਼ਾਹ ਅੱਛਾ ਮੇਰੇ ਨਾਲ ਪਰਮਿੰਦਰ ਰਾਏ ਹੋਰੀ ਵੀ ਸਟੂਡੀਓ 'ਚ ਨੇ ਰਾਏ ਸਾਹਿਬ ਮੈਂ ਤੁਹਾਡੇ ਕੋਲੋਂ ਇਹ ਸਵਾਲ ਪੁੱਛਣਾ ਚਾਹਾਂਗਾ ਜਦੋਂ ਅਸੀਂ ਇੱਕ ਪਿੰਡ ਲੈਵਲ ਤੇ ਲੈ ਜਾਂਦੇ ਗੱਲ ਨੂੰ ਇੰਟਰਨੈਸ਼ਨਲ ਕੈਨਵਸ ਤੋਂ ਕੱਢ ਕੇ ਜੇ ਅਸੀਂ ਉਹਨੂੰ ਹੁਣ ਪਿੰਡ ਤੇ ਲੈ ਗਏ ਹਾਂ ਔਰ ਪਿੰਡ ਤੋਂ ਇੱਕ ਆਮ ਇਨਸਾਨ ਆਮ ਕਿਸਾਨ ਜਿਹੜਾ ਚਾਹੇ ਕੋਈ ਇੱਕ ਦੋ ਏਕੜ ਦੀ ਖੇਤੀ ਕਰਨ ਵਾਲਾ ਚਾਹੇ ਉਹ 25-50 ਖੇਤਾਂ ਵਾਲੀ ਖੇਤੀ ਕਰਨ ਵਾਲਾ ਉਹ ਹੁਣ ਇਸ ਧਰਨੇ 'ਚ ਜਦੋਂ ਆ ਕੇ ਬੈਠਾ ਤੁਹਾਨੂੰ ਕੀ ਲੱਗਦਾ ਕਿ ਉਹ ਕਿਹਦੇ ਵੱਲ ਉਹਦੀ ਨਜ਼ਰ ਹੋਏਗੀ ਕਿ ਮੈਨੂੰ ਵਿਦੇਸ਼ਾਂ ਦੇ ਵਿੱਚ ਸਾਡੇ ਜਿਹੜੇ NRIs ਨੇ ਉਹ ਸਪੋਰਟ ਕਰਨਗੇ ਜਾਂ ਕੈਨੇਡਾ ਅਮਰੀਕਾ UK ਆਸਟ੍ਰੇਲੀਆ ਨਿਊਜ਼ੀਲੈਂਡ ਦੀਆਂ ਸਰਕਾਰਾਂ ਸਪੋਰਟ ਕਰਨਗੀਆਂ ਜਾਂ ਕਿਸੇ ਤਰ੍ਹਾਂ ਨਾਲ ਹੋਰ ਜਿਹੜੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਆਰਗਨਾਈਜੇਸ਼ਨਸ ਨੇ ਜਿਵੇਂ ਆਪਾਂ ਖਾਲਸਾ ਏਡ ਦੀ ਗੱਲ ਕਰ ਲੈਂਦੇ ਹਾਂ ਯੂਨਾਈਟਿਡ ਸਿੱਖਸ ਦੀ ਗੱਲ ਕਰ ਲੈਂਦੇ ਹਾਂ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਸੰਸਥਾਵਾਂ ਜਿੱਥੇ ਸਪੋਰਟ ਕਰਨ ਦੇ ਲਈ ਉੱਥੇ ਡਟ ਗਈਆਂ ਜਾ ਕੇ ਉਹ ਉਹਨਾਂ ਦੀ ਸਪੋਰਟ ਦੀ ਭਾਲ ਕਰ ਰਹੀਆਂ ਨੇ ਜਾਂ ਕੀ ਤੁਹਾਨੂੰ ਕੀ ਲੱਗਦਾ ਕਿ ਆਮ ਇਨਸਾਨ ਕੀ ਸੋਚ ਕੇ ਉੱਥੇ ਆਇਆ ਗਿੱਲ ਸਾਹਿਬ ਗੱਲ ਇੱਦਾਂ ਆ ਜਿਹੜੇ ਨਾ ਉੱਥੇ ਬੰਦੇ ਜਿਹੜੇ ਬੈਠੇ ਆ ਜਿੰਨੇ ਵੀ ਮੇਰੀ ਰੋਜ਼ ਗੱਲਬਾਤ ਵੀ ਹੁੰਦੀ ਆ ਉਹਨਾਂ ਨਾਲ ਵੀ ਬੰਦੇ ਜਿਹੜੇ ਆਪਣੇ ਪਿੰਡਾਂ ਵੱਲੋਂ ਗਏ ਵੀ ਆ ਸਾਰੇ ਗਿੱਲ ਸਾਹਿਬ ਇੱਦਾਂ ਆ ਵੀ ਉਹਨਾਂ ਦਾ ਇੱਕ ਤਾਂ ਉਹਨਾਂ ਨੂੰ ਇੰਨਾ ਕੁ ਯਕੀਨ ਹੋ ਚੁੱਕਾ ਵੀ ਅਸੀਂ ਜਿੱਤਣਾ ਹੀ ਜਿੱਤਣਾ ਵੀ ਉੱਦਾਂ ਦੀ ਕੋਈ ਗੱਲ ਹੀ ਹੈ ਨਹੀਂ ਉਹਨਾਂ ਦੇ ਦਿਮਾਗ 'ਚ ਹੀ ਹੈ ਨਹੀਂ ਵੀ ਕੋਈ ਗੱਲ ਕਿਸੇ ਪਾਸਿਓਂ ਅਸੀਂ ਕਿਤੇ ਮੰਨੇ ਬਗੈਰ ਆ ਜਾਵਾਂਗੇ ਪਹਿਲੀ ਗੱਲ ਤਾਂ ਇਹ ਹੈ ਵੀ ਉਹ ਆਪਣੇ ਆਪ 'ਚ ਹੀ ਉਹਨਾਂ ਦਾ ਇੰਨਾ ਕੁ ਨਾ ਦ੍ਰਿੜ ਨਿਸ਼ਚੇ ਹੋਇਆ ਹੋਇਆ ਵੀ ਅਸੀਂ ਜਿੱਤ ਕੇ ਹੀ ਮੁੜਨਾ ਦੂਜੀ ਗੱਲ ਇੱਦਾਂ ਆ ਜੀ ਇਹ ਸਾਰੇ ਹੀ ਜਿੱਦਾਂ ਬਿਨਾਂ ਕਹਿਣ ਤੋਂ ਹੀ ਜਿੰਨਾ ਕੁ ਪ੍ਰੈਸ਼ਰ ਆਪਣੇ ਬੰਦੇ ਜੋ ਵੀ ਇੱਥੇ ਸਾਰੇ ਕੋਈ ਰੈਲੀਆਂ ਕੱਢ ਰਹੇ ਜਾਂ ਕੁਛ ਵੀ ਆ ਉਹ ਸਾਰੇ ਹੀ ਕਰੀ ਜਾਂਦੇ ਜਿਹੜਾ ਇੱਕ ਥੋੜ੍ਹਾ ਜਿਹਾ ਨਿਰਾਸ਼ਾ ਜ਼ਰੂਰ ਆ ਵੀ ਉੱਥੇ ਦਾ ਮੀਡੀਆ ਜਿਹੜਾ ਮੇਨ ਆ ਉਹਨਾਂ ਨੂੰ ਥੋੜ੍ਹਾ ਜਿਹਾ ਹੋਰ ਤਰੀਕੇ ਨਾਲ ਪੇਸ਼ ਕਰ ਰਿਹਾ ਬਾਕੀ ਜਿਹੜੀ ਗੱਲ ਹੈਗੀ ਆ ਵੀ ਕਿਸੇ ਚੀਜ਼ ਦਾ ਉਹਨਾਂ ਨੂੰ ਆਸ ਕਿੱਥੋਂ ਆ ਆਸ ਉਹਨਾਂ ਨੂੰ ਸਾਰੀ ਦੀ ਸਾਰੀ ਜੋ ਵੀ ਨਾ ਅੰਦੋਲਨ ਜਿਹੜੇ ਕਰ ਰਹੇ ਆ ਜਿਹੜੇ ਜਥੇਬੰਦੀਆਂ ਆ ਉਹਨਾਂ ਤੇ ਹੀ ਉਹਨਾਂ ਨੂੰ 100% ਯਕੀਨ ਆ ਤਾਂ
एक तरीके ना लैके जा रहे हैं भी इन्ना लगता नहीं सी भी इन्ने कामयाब हो जाएंगे जिथे तक वह लै गए इन्नी अज तक कदी होया नहीं भी अपने कोई भी इन्ना लम्मा चल गया हो इन्ने बड़े हाई लैवल तक गल चले जाऊगी ये किसी ने सोचा भी नहीं सी राइट right. अच्छा मनोज जी थानू लगता कि अजे भी इंडिया दे विच कोई इलाका कोई सूबा या कोई सैक्टर या कोई लोग इदा दे भी होणगे जिहड़े अजे अवेसले ही होणगे जिन्हां नूं पता ही नहीं होएगा कि एडा वड्डा कोई रोस मुजहरा हो रहा। देखो चांसिस तो घट ने जिस लैवल दी सुरखियां आ रही ने लेकिन जिस तरह हुणी साढ़े दूसरे पैनलिस्ट ने दस्या कि मीडिया उत्थे डिफरेंट रंग डिफरेंट यू नो पिक्चर भी कई बार दिखाने की कोशिश करता सो इहदे विच कोई हैरानी नहीं होएगी कि कुछ हो सकता है हिस्से दे इंडिया दे यू नो उन्हां नूं इस दिल्ली विच जो एसलेन अंदोलन चाहता है उहदा इन्नी ज्यादा ग्राउंड रियालिटी का ना पता होवे लेकिन जिहड़ी मेजर एग्रेरियन जिहड़ी सोसाइटी हैगी है जिहड़ी एग्रेरियन पॉपुलेशन स्टेट्स हैगियां ने उत्थे जरूर इन्हां इशूज का सिर कट के यू नो जी गलबात हो रही है और जल्दी तो जल्दी वो चाहते हैं कि पीसफुल तरीके दे नाल एमिकेबली पॉजिटिव आउटकम इस अंदोलन दी। अच्छा जे सरकार दी बॉडी लैंग्वेज या सरकार दी दे पक्ष की गल करनी हो अज भी आखिरी मीटिंग तक भी उन्होंने वालों किसानों जथेबंदियों या फिर जो लीडर्स ने उन्होंने यही गल समझाने की कोशिश करना कि भाई ये जो बिल बनाए गए ने जो कानून बनाए गए ने यह किसानों के हक के उन्हों की बॉडी लैंग्वेज तो अजे भी इस गल के लिए लगता है वो अड़े हुए हैं तो किसान जरा दूसरे पास्यों कहें जी नहीं असं रद्द कराए बिना होर कोई गल ही नहीं करनी यस और नो की गल कर लग गए हैं कि या हाँ कह दौ तो या ना कर दौ होर असं हूँ डिबेट से जाना ही नहीं इस गल नूं फिर किवें देखते हो भी वो जो रवैया दोनों पास्यां तो अड़ियल रवैया वो किस पासे नूं लैके जाएगा। नहीं देखो इस सरकार ने पिछले छह साल के कार्यकाल के दसता कि किसी भी बिल या डिसीजन जिसे लेंदे ने उतो पिछे हटने लिए इन्नी जल्दी तैयार नहीं होंगे मैंने कोई रीसेंट मैमरी के नहीं आ रहा कि कोई इस तरह का डिसीजन रिकॉल किया हो लैंड रिफॉर्म लिया वापस ले लिया चलो चलो दैट 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 कुड बी यू नो वन थैंक यू फॉर पॉइंटिंग इट आउट सो लेकिन अज भी जी यू नो सरकार वालों एक कम्युनिकेशन जारी की गई 100 पेजा तो ज्यादा की एक बुकलेट जारी की गई जिसे उन्होंने 2000 यू नो जदों तो सत्ता में आए ने 14 तो नरेंद्र मोदी जी एज अ प्राइम मिनिस्टर ऑफ इंडिया यू नो उन्होंने पूरे अपने मेजर दसे ने कि किस तरह असं किसानों होर यू नो उन्होंने असं पावरफुल कर रहे इन द फॉर्म ऑफ फाइनेंशियल रिफॉर्म्स इन द फॉर्म ऑफ टेक्नोलॉजी इन द फॉर्म ऑफ इंफ्रास्ट्रक्चर यू नो वह सारिया चीजा सरकार अपना पक्ष दे रही ने लेकिन जिहड़ियां जथेबंदियां ने वह इन चीजा यू नो मन रही उन्होंने अपने यू नो किंतु परंतु कारण है सो आई थिंक द बेस्ट वे फॉरवर्ड इज कि सरकार जरा प्लेटफॉर्म है डिस्कशन का वार्तालाप का वह एक पॉजिटिव बेंट ऑफ माइंड के नाल करे सारे पक्षों नूं सुने और फिर एक मैं समझदा कि एक न्यूट्रल बॉडी को ला जाना चाहिए सिर्फ सरकार ना कवे किसान जथेबंदियां ना कहना और जिहड़ी न्यूट्रल बॉडी होवे एजुकेटर होवे जिहड़ा वो इनू टाइम बाउंड इहते डिसीजन लवे आ नहीं कि 6 महीने साल 2 साल इन्हों लटका के रख दो यू नो यू नैवर नो जदों उत्थे इहदा डिसीजन आवे लेकिन सारे पक्षों की इनपुट और उहदे ते एक पब्लिक डिबेट होना इस वेले बहुत जरूरी। अच्छा बाबू जी वो जी पब्लिक डिबेट जो बॉडी केड़ी हो सकती है इदां दी कोई हो सकती है बाबू जी मनन जी जी मैं देखो एक गल नूं मैं कहना मैं मानता है कि बॉडी चाहिए पर मैं गल आ हरजिंदर जदों कानून किसी चीज ते बनता है कानून उसते बनता रिफॉर्म उन्हां ते हुंदे जिन जिहड़ी उस चीज च पेशे च काम करते हो कोई भी बॉडी जिहदे च किसान जथेबंदी ना होवे कोई भी बॉडी जिहदे च किसान पेशे नाल जुड़े लोग ना होण उहदा मतलब ही फेल हो जांदा है जिन्हां लई तुसीं रिफॉर्म लियाउणे आ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਜਿੰਨੀ ਉਹਨਾਂ ਕੋਲ ਇਨਪੁਟ ਆ ਕਿਸੇ ਬਾਬੂ ਕੋਲ ਥੋੜੋ ਆ ਸਕਦੀ ਹੈ ਜੀ ਇਹ ਐਕਸਪਰਟ ਤੁਸੀਂ ਇਕਨੋਮਿਸਟ ਹੋ ਸਕਦੇ ਆ ਸਿਆਣੇ ਹੋ ਸਕਦੇ ਆ ਏ ਸੀ ਰੂਮ 'ਚ ਬੈਠ ਕੇ ਪਰ ਜਿਹੜੀ ਗਰਾਊਂਡ ਰਿਐਲਿਟੀ ਤਾਂ ਉਹੀ ਹੈ ਜਿਹੜੇ ਕਿਸਾਨ ਖੇਤਾਂ 'ਚ ਕੰਮ ਕਰਦੇ ਨੇ ਨਾਲੇ ਵੱਡੀ ਗੱਲ ਹੈ ਹਰਜਿੰਦਰ ਜੀ ਜਿਹੜਾ ਪੰਜਾਬ ਹਰਿਆਣੇ ਜਾਂ ਪੰਜਾਬ ਭਾਰਤ ਦੀ ਕਿਸਾਨੀ ਆ ਇਹ ਵਿਦੇਸ਼ੀ ਮੁਲਕਾਂ ਵਰਗੀ ਕਿਸਾਨੀ ਨਹੀਂ ਹੈਗੀ ਇਹ ਛੋਟੇ ਕਿਸਾਨਾਂ ਦੀ ਕਿਸਾਨੀ ਆ ਹਿੰਦੁਸਤਾਨ ਪੰਜਾਬ ਹਰਿਆਣੇ ਯੂਪੀ ਦੀ ਕਿਸਾਨੀ ਇਟਸ ਨਾਟ ਇੱਕ ਕੱਲਾ ਪੇਸ਼ਾ ਹੀ ਨਹੀਂ ਹੈਗਾ ਇਟਸ ਅ ਵੇ ਆਫ ਲਿਵਿੰਗ ਤੇ ਇਹਨੂੰ ਤੁਸੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਰਜਿਸਟਰ ਕਰਨਾ ਪੈਣਾ ਹੈ। ਮੈਂ ਫਿਰ ਕਹਿੰਦਾ ਕਿ ਸਰਕਾਰ ਅਗਰ ਸੱਚੀ ਮੁੱਚੀ ਰਿਫੋਰਮਸ ਲਈ ਸੀਰੀਅਸ ਹੁੰਦੀ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਜਿੰਨੇ ਸਟੇਕ ਹੋਲਡਰ ਸੀ ਕਿਸਾਨ ਜਥੇਬੰਦੀਆਂ ਸੀ ਹੁਣ ਵੀ ਬੈਠੇ ਹੀ ਆ ਹੁਣ ਵੀ ਗੱਲਬਾਤ ਸੁਨੇਹਾ ਦਿੰਦੇ ਹੀ ਆ ਇਹ ਪਹਿਲਾਂ ਸੁਨੇਹਾ ਇਹਨੂੰ ਦਿੰਦੇ ਪਹਿਲਾਂ ਬਿਠਾਉਂਦੇ ਅਗਰ ਬਿਠਾ ਕੇ ਉਹਨਾਂ ਨਾਲ ਸਲਾਹ ਕਰਦੇ। ਮੈਂ ਤੁਹਾਨੂੰ ਅੱਜ ਹਰਿੰਦਰ ਜੀ ਗਰੰਟੀ ਨਾਲ ਕਹਿੰਦਾ ਜਿਹੜੀਆਂ 8-9 ਤਜਵੀਜ਼ਾਂ ਹੁਣ ਦੇ ਰਹੇ ਆ ਨਾ ਅਗਰ ਇਹਨਾਂ ਨੇ ਪਹਿਲਾਂ ਦਿੱਤੀਆਂ ਹੁੰਦੀਆਂ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਆਪਣੇ ਸਾਈਡ ਤੇ ਲਿਆ ਹੁੰਦਾ ਤਾਂ ਇਹ ਦਿਨ ਹੀ ਨਹੀਂ ਸੀ ਆਉਣਾ ਇਹ ਕਿਉਂਕਿ ਸਰਕਾਰ ਦੀ ਜਿਹੜੀ ਪਾਲਿਸੀ ਸੀ ਕਿ ਤੁਸੀਂ ਕਿਸੇ ਕੋਲ ਪੁੱਛਣਾ ਹੀ ਨਹੀਂ ਧੱਕਾ ਕਰਨਾ ਮਨ ਮਰਜ਼ੀ ਕਰਨੀ ਆ ਉਹਦੇ ਕਰਕੇ ਲੋਕਾਂ ਦਾ ਰੋਸ ਉੱਠਿਆ ਤੇ ਜਿਹੜਾ ਇੱਕ ਲੋਕਾਂ ਨੂੰ ਇਹ ਲੱਗਾ ਕਿ ਹਿਡਨ ਏਜੰਡਾ
कि कुछ एक लोगों नू एदा ज्यादा फायदा होना बाकियों नू नुकसान होना वह सारा रोस जिहड़ा आ उह उठिया आ ते उहदे रोस करके पंजाब हरियाणा ते वैस्टर्न यूपी क्योंकि ए लोगों ने उन्हू ज्यादा प्रभावित करना आ हर एक बिजनेस नू बिजनेस ग्रो करन दा हक होना चाहिए मोदी खिलाफ नहीं है मैं कैपिटलिज्म दे टोटली खिलाफ नहीं है वेरी गुड थिंग्स इन कैपिटलिज्म एज वेल और फिर भी कोई भी अदारे एडे वे नहीं बन जाने चाहिए कि वह सरकार डिकटेट कर ला पड़ अमेरिका दे विच रॉक फैलर होंदा सीगा अज तो 100 साल पहला पर उनू फिर छोटा किया गया उहदी कंपनी नू तोड़िया वह अमेरिका तो भी अमीर बन गया सीगा राइट सो अज दी तरीक दे विच कुछ घराने भारत तो भी अमीर बन गए ने ते उहनां नू रोकना जरूरी है कम्यूनीकेशन सारी उहनां दे हाथे विच ऑलरेडी मैं जिवें दस्या आ एक इंडस्ट्री रह गई सी एग्रीकल्चर वाली वह भी उन्हें हाथ से देने फिरते हैं ऑलरेडी सारी उन्होंने जी सप्लाई तो उन्होंने हाथ जी रिटेल सारी हाथ में उन्होंने आ जी ग्रोसरीज की हैगी कल प्रोडक्शन उन्होंने हाथ से दे दोगे तो प्राइस गौजिंग आप ही होगी जी स्टोरेज उन्होंने ग्रो उन्होंने करनी वेचनी उन्होंने तुम कि रोक लोगे जी तो थोड़ा जहा ये चैक्स एंड बैलेंसिस की बहुत ही जरूरत हैगी सो यही मैं कहना कानून लियाने जरूर चाहिए है रिफॉर्म जरूरी चाहिए आ किसानी जिहड़ी पंजाब च क्रॉप डिवर्सीफिकेशन की बहुत जरूरत है पर कोई हिडन एजेंडा नहीं चाहिए पार इंडिया अज भी द लास्ट आई नो भारत अज भी एक फंक्शनिंग पार्लीमेंट सिस्टम हैगा आ पार्लीमेंट की कमेटियां स्टडी होवे एक प्रॉपर बहस होवे जिहड़े स्टेक होल्डर किसान जथेबंदी उन्होंने लिया जाए फिर जो लोग सही लोकतंत्र जिवें कानून पास होंगे उस तरह हो कि धक्के ना हो जिहड़े कानून धक्के ना पास किया गया फिर हरियाणा जो धक्का किया गया अगर यह धक्का ना होंदा तो मैं लगता पंजाब के किसान इन्ना ना रोस दिखाते ना ही अज दिन होंदा कि पंजाब हरियाणा के वैस्टर्न यूपी के किसान ने दिल्ली घेरिया होया बाबू जी थोड़े लिए हरीश कुमार वर्मा जी ने मैसेज भेजा एक कहते भी एक सवाल देखियो कि जे आप WTO की गल करते हैं तो वह इंडियन गवर्नमेंट से प्रैशर पा के इस वेले फॉर्म लॉज नू विदड्रॉ करवा देंगे है तो फिर जो इंडियन गवर्नमेंट के उपर WTO का जो प्रभाव है उन्होंने फिर तुम कि देखोगे वो करवा सकते हैं जो करवा देंगे या इदा का होगा कुछ WTO तो रिफॉर्म चाहती है तई सरकार चाहती सी क्योंकि पर जो एक दूसरे के रेसिप्रोकेटली जिम्मे आप गल करते हों देखो WTO ने हमेशा भारत सरकार पर तई असं सॉवरन नेशन है WTO तो कैनेडा चाइना से भी बहुत चीजा की पाबंदी लाता चाइना ने कि अपनी मैनुफैक्चरिंग पॉलिसीज बदल ली है कि WTO का प्रैशर है कि नरेंद्र मोदी जी की जो पॉलिसीज है WTO डिक्टेट करेगा भारत एक सॉवरन स्टेट है भारत को इस वेले सब तो वड्डी गल है जदों कैनेडा अमेरिका ब्रिटानिया आस्ट्रेलिया EU उन्होंने कहना थोड़ा रिफॉर्म भारत को तो इस वे सब तो वड्डी गल यह हैगी क्योंकि चाइना के खिलाफ जो इन्होंने मुल्कों का रवैया जो चाइना जिवें डोमीनेट कर रही है भारत एक बफर आ अपना एडवांटेज भारत को वरतना चाहिए आ रादर दैन की प्रैशर के हेठा होने करके उन्होंने डिकटेट करना चाहिए कि थानू साड़ी लोड़ आ असी अपने किसानों नाराज नहीं कर सकते साड़िया मजबूरिया आ चाइना ने कभी भी दबाव हेठा कभी आके अपनी पॉलिसी नहीं बदली किन्नी देर तो WTO की किन्ने समझौते हो चुके चाइना से प्रैशर हो चुका उन्होंने तो अपनी करंसी की पॉलिसी नहीं हले जी छी जिम्मे चाहते उस तरह सो आप कहने चाइना तो भारत को एक लैसन लेना चाहिए कि दबाव हेठा नहीं आना पर इतने बहुत फिर आप यही जे आप एक पास तो कह रहे हैं भी सरकार दबा थले नहीं आना चाहिए तो फिर किसान के दबा थले क्यों आने यही तो रट लाई बैठे भी असं क्यों मनीये किसान की किसान उतो के वोटर उतो के वसनीक है WTO भारत की वसनीक नहीं हैगी एक ऑर्गेनाइजेशन है जी की दुनिया के ट्रेड न मोनिटर करती है पर भारत की सरकार सब तो पहला आंसरेबल अपने वसनीकों को बिल्कुल अच्छा अपने नाल एक कॉलर ने जी काफी देर दे होल्ड ते आपां देख लेने शायद वो भी कोई इनपुट देना चाहते हुण हां जी दिनेश जोशी जी तुसीं आउंदे हो जी हां जी सर हां जी मैं तो सिर्फ WTO बारे ते ही गल करनी सी कि एक्चुअली की है जेडियां डेवलप्ड नेशंस है ना
ਉਹਦਾ ਪ੍ਰੈਸ਼ਰ ਉਹਦੇ WTO ਦੇ ਵਿੱਚ ਸੈਂਕਸ਼ਨਸ ਲੱਗਦੀਆਂ ਆ ਕੰਟਰੀਜ਼ ਦੇ ਉੱਤੇ, ਉਹ ਪ੍ਰੈਸ਼ਰ ਹੁਣ ਦਾ ਨਹੀਂ ਹੈਗਾ, ਪ੍ਰੈਸ਼ਰ 1997 ਤੋਂ 2000 ਤੋਂ ਪ੍ਰੈਸ਼ਰ ਚੱਲਦਾ ਆ ਰਿਹਾ ਕਿ ਜਿਹੜੀਆਂ ਡਿਵੈਲਪਿੰਗ ਨੇਸ਼ਨਸ ਹੈਗੀਆਂ ਆ ਇਹ ਜਿਹੜੀ ਉਹਦੇ ਚ ਕੱਲਾ ਇਹ ਨਹੀਂ ਹੈਗਾ ਕਿ ਜਿਹੜਾ MSP ਦਿੰਦੇ ਆ, MSP ਦੀ ਵੀ ਉਹ ਫੂਡ ਸਬਸਿਡੀ ਦੇ ਅੰਡਰ ਆਉਂਦਾ ਆ ਤੇ ਐਗਰੀਕਲਚਰ ਸਬਸਿਡੀ, ਤੇ ਦੂਸਰਾ ਉਹਦੇ ਚ ਹੈਗਾ ਫੂਡ ਪ੍ਰੋਕਿਊਰਮੈਂਟ, ਉਹਦੇ ਉੱਤੇ ਉਹਨਾਂ ਦਾ ਬਹੁਤ ਤਗੜਾ, ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਓਬਜੈਕਸ਼ਨ ਕਰ ਰਿਹਾ ਉਹ ਕੈਨੇਡਾ ਔਰ US ਕਰ ਰਿਹਾ ਆ, ਕਿਉਂਕਿ ਇਹਨਾਂ ਦਾ ਫਾਰਮਿੰਗ ਸੈਕਟਰ ਜਿਹੜਾ ਆ ਉਹ ਫਿਰ ਕੰਪੀਟ ਨਹੀਂ ਕਰ ਪਾਉਂਦਾ ਅਗਰ ਜਿਹੜੀ ਉੱਥੇ ਜਿਹੜਾ ਇੰਡੀਅਨ ਫਾਰਮਿੰਗ ਹੈ ਜਾਂ ਜਿਹੜੇ ਇਹ ਡਿਵੈਲਪਿੰਗ ਨੇਸ਼ਨ ਦੀਆਂ ਜਿਹੜੀਆਂ ਫਾਰਮਿੰਗ ਹੈ ਜਦੋਂ ਉਹਨਾਂ ਨੂੰ ਸਬਸਿਡੀਜ਼ ਦਿੱਤੀਆਂ ਜਾਂਦੀਆਂ ਆ ਫੋਰ ਦਾ ਪਰਪਜ਼ ਆਫ ਐਜ ਏ MSP ਐਂਡ ਐਜ਼ ਆ ਫੂਡ ਪ੍ਰੋਕਿਊਰਮੈਂਟ ਗਵਰਨਮੈਂਟ ਜਿਹੜਾ ਉਹਨੂੰ ਖਰੀਦਦੀ ਹੈ, ਕਿਤੇ ਨਾ ਕਿਤੇ ਉਹ ਪ੍ਰੈਸ਼ਰ ਹੈ, ਉਹ ਕਾਂਗਰਸ ਨੂੰ ਵੀ ਪਤਾ ਸੀਗਾ, ਉਹ ਮਨਮੋਹਨ ਸਿੰਘ ਜੀ ਨੂੰ ਵੀ ਪਤਾ ਸੀਗਾ ਕਿ ਉਹ WTO ਦਾ ਪ੍ਰੈਸ਼ਰ ਹੈ, ਅਗਰ ਵਰਲਡ ਦੇ ਵਿੱਚ ਟ੍ਰੇਡ ਕਰਨੀ ਹੈ ਤਾਂ WTO ਨੂੰ ਤਾਂ ਲੈ ਕੇ ਚੱਲਣਾ ਪਏਗਾ ਕਿਉਂਕਿ ਇੰਡੀਆ ਇਸ ਵੇਲੇ ਟ੍ਰੇਡ ਦੇ ਵਿੱਚ ਟ੍ਰੇਡ ਡੈਫੀਸਿਟ ਗਿਆ ਔਰ ਸਾਡਾ ਮੈਕਸੀਮਮ ਜਿਹੜਾ ਟ੍ਰੇਡ ਹੈਗਾ ਆ ਸਾਨੂੰ ਆਇਲ ਲੈਣਾ ਪੈਂਦਾ ਹੈ ਫੋਰਨ ਕੰਟਰੀਜ਼ ਤੋਂ, ਉਹਦੇ ਕਰਕੇ ਸਾਨੂੰ ਉਹ ਟ੍ਰੇਡ ਦੇ ਲਈ ਉਹਤੇ ਵਰਕ ਕਰਨਾ ਹੀ ਪਏਗਾ, ਇਸੇ ਕਰਕੇ 1992 ਚ ਮਨਮੋਹਨ ਸਿੰਘ ਜੀ ਨੇ ਲਿਬਰਲਾਈਜ਼ ਗਲੋਬਲਾਈਜੇਸ਼ਨ ਲਿਆਂਦੀ ਸੀ ਕਿਉਂਕਿ ਇੰਡੀਆ ਦੇ ਕੋਲ ਫੋਰਨ ਰਿਜ਼ਰਵਸ ਨਹੀਂ ਸੀਗੇ, ਅਗਰ ਅਸੀਂ ਨਹੀਂ ਮੰਨਦੇ WTO ਨੂੰ ਤਾਂ ਸਾਡੇ ਤੇ ਜਿਹੜੀਆਂ ਦੂਜੀਆਂ ਸੈਂਕਸ਼ਨ ਲੱਗ ਜਾਣਗੀਆਂ, ਇਸ ਕਰਕੇ ਕਿਤੇ ਨਾ ਕਿਤੇ ਉਹ ਪ੍ਰੈਸ਼ਰ ਉਹ ਹੋਲ ਇਕਾਨਮੀ ਤੇ ਦੇਖਿਆ ਜਾਵੇ ਤਾਂ ਉਹ ਪ੍ਰੈਸ਼ਰ ਹੈ। ਦੂਸਰੀ ਇਹਦੇ ਨਾਲ ਜਿਹੜਾ ਐਗਰੀਕਲਚਰ ਡਾਈਵਰਸੀਫਿਕੇਸ਼ਨ ਹੈ ਨਾ, MSP ਜਿਹੜਾ ਅਸੀਂ ਪੈਡੀ ਤੇ ਔਰ ਇਹਦੇ ਤੇ ਦਿੰਦੇ ਹਾਂ ਵੀਡ ਤੇ ਦਿੰਦੇ ਹਾਂ, ਇਹਦੇ ਚ ਅਦਰ ਜਿਹੜੀਆਂ ਦਾਲਾਂ ਹੈਗੀਆਂ ਜਾਂ ਜੋ ਏਰੀਆ ਵਾਈਜ਼ ਜਿੱਦਾਂ ਹੁਣ ਗੰਨਾ ਹੈਗਾ, ਗੰਨਾ UP ਦੀ ਪ੍ਰੋਡਕਟ ਹੈਗੀ ਬਹੁਤ ਜ਼ਿਆਦਾ, ਏਰੀਆ ਵਾਈਜ਼ ਜਿਹੜੀਆਂ ਪੰਜਾਬ ਦੀਆਂ ਹੁਣ ਕਈ ਸਾਰੀਆਂ ਚੀਜ਼ਾਂ ਪੰਜਾਬ ਦੀਆਂ ਜਿਹੜੀਆਂ ਖਤਮ ਹੋ ਗਈਆਂ, ਤੁਸੀਂ ਕਪਾਹ ਦੇਖੀ ਨੀ, ਹੁਣ ਕਪਾਹ ਹੁੰਦੀ ਨੀ, ਮੈਂ ਦੁਆਬੇ ਚ ਕਪਾਹ ਨੀ ਦੇਖੀ, ਮੈਂ ਕਦੋਂ 6ਵੀਂ 7ਵੀਂ 6ਵੀਂ 7ਵੀਂ 6ਵੀਂ 7ਵੀਂ 6ਵੀਂ 7ਵੀਂ 6ਵੀਂ 7ਵੀਂ 6ਵੀਂ 7ਵੀਂ 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 7ਵ
ਉਹਨਾਂ ਚੀਜ਼ਾਂ ਦੇ ਉੱਤੇ ਐਮ ਐਸ ਪੀ ਦੇਣਾ ਚਾਹੀਦਾ ਸੋ ਦੈਟ ਕਿ ਡਾਈਵਰਸੀਫਿਕੇਸ਼ਨ ਹੋਵੇ। ਅਗਰ ਅਸੀਂ ਕਣਕ ਤੇ ਜਾਂ ਝੋਨੇ ਤੇ ਹੀ ਐਮ ਐਸ ਪੀ ਦੇਈ ਜਾਵਾਂਗੇ ਤਾਂ ਲੋਕ ਜਿਹੜੇ ਆ ਕਦੇ ਤਾਂ ਫਿਰ ਉੱਥੇ ਝੋਨਾ ਲਾਇਆ ਜਾ ਰਿਹਾ ਕਿਉਂਕਿ ਉਹ ਪ੍ਰੋਕਿਓਰਮੈਂਟ ਵੀ ਗਵਰਨਮੈਂਟ ਕਰਦੀ ਹੈ ਤੇ ਉੱਥੇ ਐਮ ਐਸ ਪੀ ਵੀ ਮਿਲਦਾ ਆ ਤੇ ਫਾਰਮਰ ਨੇ ਤਾਂ ਨੈਚੁਰਲ ਕਾਇੰਡ ਆਫ ਬਿਜ਼ਨਸ ਉਹ ਤਾਂ ਉੱਧਰ ਨੂੰ ਜਾਏਗਾ ਨਾ ਜਿਹੜੀ ਜਿੱਥੋਂ ਉਹਨੂੰ ਪੈਸੇ ਮਿਲਦੇ ਆ। ਠੀਕ ਹੈ ਜੀ। ਨਹੀਂ ਹਰਜਿੰਦਰ ਜੀ ਦੇਖੋ ਐਮ ਐਸ ਪੀ ਝੋਨਾ ਮੈਂ ਦੱਸਦਾ ਵੀਰ ਜੀ ਨੂੰ ਜਿਹੜੀ ਨਰਮੇ ਦੀ ਫਸਲ ਹੈ ਐਮ ਐਸ ਪੀ ਉਹਤੇ ਵੀ ਆ, ਐਮ ਐਸ ਪੀ ਗੰਨੇ ਤੇ ਵੀ ਆ, ਐਮ ਐਸ ਪੀ ਬਹੁਤ ਫਸਲਾਂ ਤੇ ਆ, ਪਰ ਜਿਹੜੀ ਪ੍ਰੋਕਿਓਰਮੈਂਟ ਹੈ ਉਹ ਸਿਰਫ ਤੇ ਸਿਰਫ ਦੋ ਫਸਲਾਂ ਤੇ ਆ, ਪੈਡੀ ਤੇ ਵੀਟ ਤੇ। ਇਹ ਕਿਉਂਕਿ ਜੋ ਗ੍ਰੀਨ ਰੈਵੋਲਿਊਸ਼ਨ ਵੇਲੇ ਇੱਕ ਭਾਰਤ ਸਰਕਾਰ ਜਿਹੜੀ ਪਾਲਿਸੀ ਸੀਗੀ, ਕਿਉਂਕਿ ਭਾਰਤ ਉਸ ਵੇਲੇ ਡੈਫੀਸਿਟ ਸੀਗਾ, ਫੂਡ ਦਾ ਬਹੁਤ ਕਮੀ ਸੀਗੀ, ਤਾਂ ਉਸ ਵੇਲੇ ਜਿਹੜੀ ਕਹਿੰਦੇ ਹੁੰਦੇ ਐਫ ਸੀ ਆਈ ਜਿਹੜੀ ਸੰਸਥਾ ਬਣਾਈ ਗਈ ਉਹਦੀ ਜ਼ਿੰਮੇਵਾਰੀ ਲੱਗੀ ਪ੍ਰੋਕਿਓਰਮੈਂਟ ਵਾਸਤੇ। ਸੋ ਉਹ ਪ੍ਰੋਕਿਓਰ ਕਰਦੀ ਹੈ, ਸਰਕਾਰ ਪ੍ਰਾਈਸ ਤੈਅ ਕਰਦੀ ਹੈ ਤੇ ਸਰਕਾਰ ਹੀ ਖਰੀਦ ਕਰਦੀ, ਇਸ ਲਈ ਪ੍ਰਾਈਜ਼ ਮਿਲਦੀ ਹੈ। ਜਿਹੜੀਆਂ ਚੀਜ਼ਾਂ 'ਚ ਪ੍ਰੋਕਿਓਰਮੈਂਟ ਹੈ ਨੀ, ਸਰਕਾਰ ਦੀ ਇੰਟਰਵੈਂਸ਼ਨ ਹੈ ਨੀ, ਬਹੁਤ ਸਾਡੇ ਵੀਰ ਉੱਥੇ ਖੇਤੀ ਕਰਦੇ। ਹਰਜਿੰਦਰ ਜੀ ਮੈਨੂੰ ਤੁਹਾਡਾ ਪਰਿਵਾਰ ਵੀ ਕਰਦਾ ਰਿਹਾ, ਐਮ ਐਸ ਪੀ ਤਾਂ ਆਲੂਆਂ ਦੀ ਆ, ਹੁਣ ਤੁਸੀਂ ਮੈਨੂੰ ਦੱਸਿਓ ਆਲੂਆਂ 'ਚ ਕਦੀ ਘਾਟਾ ਖਾਧਾ ਕਿ ਨਹੀਂ ਤੁਸੀਂ ਖਾਧਾ ਉੱਥੇ? ਸਰ ਘਾਟਾ ਤਾਂ ਮੈਨੂੰ ਲੱਗਦਾ ਜੀ 4 ਸਾਲ ਘਾਟਾ ਪੈਂਦਾ ਤੇ 1 ਸਾਲ ਕਮਾਈ ਹੁੰਦੀ ਹੈ। ਉਦਾਂ ਹੀ ਨਰਮੇ ਵਾਲੇ ਸਾਹਿਬ ਮੇਰੇ ਵੀਰ ਨੇ, ਜੋ ਬਠਿੰਡੇ ਵਾਲੇ ਕਿਸੇ ਨੂੰ ਪੁੱਛ ਲਓ ਜਿਹੜੇ ਉੱਥੋਂ ਮੁਕਤਸਰ ਵੱਲੋਂ ਆਏ ਆ ਕਿ ਨਰਮੇ ਵਿੱਚ ਕਿੰਨਾ ਘਾਟਾ ਪੈਂਦਾ, ਐਮ ਐਸ ਪੀ ਤੋਂ ਅੱਧੀ ਪ੍ਰਾਈਜ਼ ਮਿਲਦੀ ਆ। ਸੋ ਉਹ ਐਮ ਐਸ ਪੀ ਇਜ਼ ਨੋਟ ਦ ਥਿੰਗ, ਉਹ ਪ੍ਰੋਕਿਓਰਮੈਂਟ ਕਿਉਂਕਿ ਸਰਕਾਰ ਦੀ ਕਰਕੇ ਉਹ ਇਹ ਦੋਵਾਂ ਚੀਜ਼ਾਂ 'ਚ ਮਿਲਦੀ ਰਹੀ ਆ। ਸੋ ਇਹ ਹਰਜਿੰਦਰ ਜੀ ਕਾਨੂੰਨ ਦਾ ਤਬਦੀਲੀ ਕਰਨ ਇੱਕ ਆਹ ਵੀ ਬਹੁਤ ਵੱਡਾ ਰੀਜ਼ਨ ਹੈ। ਤੁਹਾਨੂੰ ਪਤਾ ਹੈ ਕਿ ਭਾਰਤ ਦੇ ਸਰਕਾਰ 40,000 ਕਰੋੜ ਰੁਪਇਆ ਹਰ ਸਾਲ ਜਿਹੜਾ ਐਫ ਸੀ ਆਈ ਦਾ ਹੈਗਾ ਉਹ 'ਚ ਉਹਨੂੰ ਘਾਟਾ ਪੈ ਰਿਹਾ ਆ। ਉਹ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਕਿਸੇ ਤਰ੍ਹਾਂ ਇਸ ਜਿਹੜਾ ਘਾਟਾ ਆ ਇਹਦੇ ਪਾਸੇ ਹੋ ਕੇ ਆਪਾਂ ਨਜਿੱਟੀਏ, ਪਰ ਸਰਕਾਰ ਨੂੰ ਇਹ ਕਹਿੰਦਾ ਕਿ ਵਿਦਆਊਟ ਡਿਫਾਈਨਿੰਗ ਐਨੀ ਪਾਲਿਸੀ ਤੁਸੀਂ ਕਿੰਨੇ ਦੇ ਲੋਕਾਂ ਨੂੰ ਇੱਕਦਮ ਸੜਕਾਂ ਦੇ ਖੜੇ ਕਰ ਦਿੱਤਾ, ਇੱਕਦਮ ਪ੍ਰੋਕਿਓਰਮੈਂਟ ਬੰਦ ਕਰ ਦੋਗੇ ਤਾਂ ਲੋਕ ਜਾਣਗੇ ਕਿੱਥੇ? ਸੋ ਸਰਕਾਰ ਦਾ ਜਿਹੜਾ ਰਿਫੋਰਮਸ ਲਿਆਉਣ ਦਾ ਤਰੀਕਾ, ਲੈਜਿਸਲੇਸ਼ਨ ਲਿਆਉਣ ਦਾ ਤਰੀਕਾ ਇਹ ਮਾੜਾ ਆ। ਅਗਰ ਰਿਫੋਰਮ ਲਿਆਉਣੇ ਸੀ ਫਿਰ ਕਿੰਨਾ ਆ, ਉਹਨਾਂ ਨੂੰ ਸਾਰੇ ਸਟੇਕ ਹੋਲਡਰਸ ਨੂੰ ਇਨਵੋਲਵ ਕਰਨਾ ਚਾਹੀਦਾ ਸੀ, ਸਰਕਾਰਾਂ ਨੂੰ, ਸਟੇਟ ਸਰਕਾਰਾਂ ਨੂੰ, ਕਿਸਾਨ ਜਥੇਬੰਦੀਆਂ ਨੂੰ। ਇਹ ਸਾਰੇ ਮੰਨਦੇ ਆ, ਤੁਸੀਂ ਵੀ ਖੇਤੀ ਕਰਦੇ ਹਰਜਿੰਦਰ ਜੀ, ਸਾਡਾ ਪਰਿਵਾਰ ਖੇਤੀ ਕਰਦਾ ਆ, ਰਿਫੋਰਮਸ ਦੀ ਲੋੜ ਹੈਗੀ ਆ, ਪਰ ਰਿਫੋਰਮਸ ਇਹ ਨਹੀਂ ਹੋਣੇ ਚਾਹੀਦੇ ਇੱਕ ਦੋ ਘਰਾਣਿਆਂ ਨੂੰ ਬੈਨੀਫਿਟ ਕਰਨ ਦੇ ਲਈ ਦਿੱਤੇ ਜਾਣ, ਰਿਫੋਰਮ ਕਿਸਾਨਾਂ ਦੇ ਬਿਹਤਰੀਨ ਵਾਸਤੇ ਹੋਣੇ ਚਾਹੀਦੇ ਆ। ਹਾਂਜੀ ਹਾਂਜੀ ਦਿਨੇਸ਼ ਜੀ, ਤੁਸੀਂ ਕੁਛ ਹੋਰ ਵੀ ਕਹਿਣਾ ਚਾਹੁੰਦੇ ਹੋ ਸ਼ਾਇਦ? ਦਾਲਾਂ ਬਿਲਕੁਲ ਬੰਦ ਹੋ ਗਈਆਂ, ਪੰਜਾਬ ਦੇ ਵਿੱਚ ਹੁਣ ਦਾਲਾਂ ਬਿਲਕੁਲ ਹੀ ਬੀਜਣੀਆਂ ਬੰਦ ਹੋ ਗਈਆਂ, ਉਹਦੇ ਤੇ ਵੀ ਅਗਰ ਉਹਦੀ ਪ੍ਰੋਕਿਓਰਮੈਂਟ ਸ਼ੁਰੂ ਹੁੰਦੀ ਹੈ ਤਾਂ ਡੈਫੀਨੇਟਲੀ
वर्क करना पैना पर सानू कितने कितने WTO के नाल भी चलना पैना क्योंकि अगर डीजल ना मिले अगर साढ़े को फॉरन रिजर्व ना हो तो सानू डीजल और पेट्रोलियम ना मिले तो साडा वैसे भी बहुत लॉस होना उस दिन राइट ठीक है सर बहुत रिफॉर्म्स बिल्कुल डेफिनेटली इन्होंने बहुत सोहनी गल कही है रिफॉर्म्स चाहिए बट उसका एक वे जो प्लान डिफरेंट तरीके होना चाहिए होपफुली अगर इन्होंने मनमोहन सिंह जी उन्होंने बिच लिया हों होर बहुत एजुकेटेड बंदे है लिया हों इट मे हैव ए डिफरेंट ऑप्शन ठीक है ब्रदर बहुत मेहरबानी सर थैंक यू सो मच सो दोस्तों हुण असीं वाइंड अप कर दिंदे आ लगातार मैनूं लग रहा कि तकरीबन 40-42 मिनट असीं इह गल्लबात कीती है ते मनोज जी तुसीं वी अपने क्लोजिंग रिमार्क्स दे दिओ पहलां इस पॉइंट ते सर बॉबी जी दे अगे क्लोजिंग रिमार्क देना तां बहुत औखा है लेकिन मैं जस्ट सम अप करना चाहूंगा उन्होंने दो तीन चीजां बहुत इंपॉर्टेंट मैंशन कीतियां कि जिहड़ी इक तां जिहड़ी इहनां चैक्स एंड बैलेंसिस दी गल है ओह बहुत जरूरी है किसी भी लॉ मेकिंग दे विच जिहड़े तुसीं स्टेक होल्डर्स नूं जिहड़े रियल स्टेक होल्डर्स ने जिहड़े सिर्फ दिल्ली की सत्ता के गलियारे में नहीं घूमते जिहड़े ग्राउंड रियलिटी नाल जुड़े ने कि उन्होंने विच नहीं शामिल करूंगे और इंडिया का फॉर्चुनेट इन है साडियां उत्थे इन्नी एग्रीकल्चर यूनिवर्सिटियां ने इन्ने एग्रीकल्चर रिसर्च इंस्टीट्यूट ने उन्होंने जिहड़े कारकुन ने उन्होंने भी तुसीं शामिल करो सो पहली गल तो चैक्स एंड बैलेंस लॉ मेकिंग प्रोसैस के होना चाहिए दूसरे पासे इन्होंने गल की FCI की FCI तो उत्थे कॉमन टर्म्स दे विच फूड करप्शन ऑफ इंडिया कहा जाता फूड कॉर्पोरेशन का लोग भुल गए क्योंकि हजारा करोड़ों के उत्थे यूनो स्कैम होंगे ने यूनो प्रोक्योरमेंट हो जाती प्रोक्योरमेंट किस तरह होंगी सानू सब नू पता है किस तरह उत्थे ठेके लगते हैं किस तरह बोलियां लगती ने किस तरह उत्थे गड्डिया दे यूनो बुन लगता है दूसरे पास जिहड़ी स्टोरेज ने स्टोरेज यूनो खुले आकाश नीचे यूनो पैडी पई है वीट पे है वह फिर किहड़े लोग खाते कितने वेस्ट होंगे वो भी सब पता है सानू सो डाइवर्सीफिकेशन ऑफ एग्रीकल्चर क्रॉप्स भी इक्वली जरूरी है बट यूनो मैं हैविंग समरी जो करनी है तो एक चीज की करांगे कि ये सारे अंदोलन नू एक वधिया इहदी आउटकम निकल सकती है जे सरकार और जिहड़ियां भी जथेबंदियां ने वो गलबात का सिलसिला जारी रखन मैं ना मानू वाला एटीट्यूड सानू छड़ना पैना क्योंकि अल्टीमेटली इट इज इन द इंटरस्ट ऑफ इंडिया टू गो इन फॉर रिफॉर्म्स बट रिफॉर्म्स विच आर यू नो पॉजिटिव फॉर एवरी स्टेक होल्डर राइट बाबू जी इसे पॉइंट में जी गल मनन जी ने गल की कि कोई ना कोई विचकारला रस्ता लभना पैना तो शायद सरकार भी यही सोची बैठी हो कि कोई गल नहीं अजे थोड़े दिन होर इन्हों इसे तरह बिठाने तो जी 8 डिमांड इन्होंने रखी ने 8 चो 4 मान लांगे तो 4 छड़ देंगे अठ तो डिमांड सरकार मन गई जो प्रस्ताव उन्होंने आया 8 गलां मन तैयार हो गई है अच्छा। पर सरकार की यही गल है कितने ना कि चाहते टाइम बाइंग टैक्टिक है कि वह पेशेंस जो हों एक अंदोलन का उन्होंने चैक कर रहे हैं पर देखो किसान एजुटेशन ना करन होर की करन कि पार्लीमेंट जी भी जनवरी तो पहला नहीं चालू होनी सो जहां तक डिबेट पार्लीमेंट च हो पार्लीमेंट भी तो डिबेट नहीं कोई हो रहा किसान जी एजुटेशन कर रहे हैं सो सरकार देखो हरजिंदर फिर कह दवा मैनू पूरी उम्मीद हैगी आ कि सरकार खीर विच लोकां नू जवाब दे हुंदी आ ते इहदे पोलिटिकल रेपरकशन भी हो रहे आ हरियाणे दी सरकार देख सकदी आ अगर इह नजिठिया ना गया ठीक है मैं फिर कहना सो एक वड्डा प्रेशर राइट वे जिहड़ा पै रहा इसे करके शायद हुण इस वेले दुष्यंत चौटाला वल्लों नजरां जा रहीआं अगर हरियाणे दी सरकार नू बचाउण वास्ते बाकी एजुटेशन होर पक रहा आ करके अगर कले पंजाब के किसान शंभू बॉर्डर तक बैठे रहते तो भारत सरकार ने कोई गलबात नहीं सी करनी कोई मीडिया कवरेज नहीं सी दिल्ली पहुंच के नाल हरियाणे के खा किसान जुड़ गए सारिया खा पंचायत जुड़ गई वैस्टर्न UP के किसान जुड़ गए ओदे करके दबाव पै रहा हरियाणे दियां सरकार बचाने लई UP की आउंदी इलैक्शन देखते हुए पंजाब नूं तां नहीं बड़ा मैं लगता गंभीरता नाल देख रहे ये सारिया चीजा नूं देखते हुए मैं आस करदा आ इन्वॉल्वमेंट किस तरीके दे नाल होनी चाहीदी है जां हो सकदी है हरजिंदर जी NRIs ने अपना रोस जिहड़ा है जाहिर कर दिता है सब तो वड्डी गल है कि तुसीं जो कौंसलेट जां हाई कमिश्नर है उन्हां नूं कोई मंग पत्र कई जगह दित्ते भी गए आ पर इना मैं जरूर कहूंगा कि NRIs की जी शमूलीयत है दो तीन गल्लां देख के जरूर करनिया पैनिया एक तो असीं इस वेले महामारी विच गुजर रहे हैं कोई भी प्रोटेस्ट करनी आ यह होना चाहिए है कि कल नूं यह ना लगे जो बाकी दे भी वसिंदे ने इस देश के कि यह अज जो सेफ्टी का इशू आ जदों इत्थे लोगों ने क्रिसमस मना तो भी इजाजत नहीं मिल रही तो भी वांझे रह जाना आ उन्हां दिनां विच कोई कानून की उलंघना ना करिए फिर सेफ्टी है जी कि कारा कहते खोल के खड़ने वाला सिस्टम वह नहीं चाहिए तत्ते नारे कि जिथे कोई यहोजे शब्द वरते जान कि असी चक देंगे मार देंगे या फिर कोई देश के प्रति वह नहीं चाहिए हरजिंदर जी फिर गल है देखो नरेंद्र मोदी उन्होंने
ਪਾਲਿਸੀਜ਼ ਨਾਲ ਮੈਂ ਸਹਿਮਤ ਹੋਵਾਂ ਅਸਹਿਮਤ ਹੋਵਾਂ ਵੱਖਰੀ ਗੱਲ ਹੈ, ਪਰ ਉਹ ਭਾਰਤ ਦੇ ਇਲੈਕਟਡ ਪ੍ਰਧਾਨ ਮੰਤਰੀ ਹੈ, ਉਹਨਾਂ ਦੀ ਸ਼ੋਭਾ ਦੇ ਖਿਲਾਫ, ਉਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਵਿਅਕਤੀਗਤ ਬਿਆਨਬਾਜ਼ੀ ਕਰਨੀ, ਉਹਨਾਂ ਨੂੰ ਗਾਲ ਕੱਢਣੀ, ਉਹ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਆ। ਸਾਡੀ ਅਗਰ ਅਸੀਂ ਵਾਕਿਆ ਹੀ ਆਪਣੇ ਕਿਸਾਨ ਵੀਰਾਂ ਦਾ ਸਾਥ ਦੇਣਾ ਆ, ਸਾਨੂੰ ਸ਼ਾਂਤਮਈ ਤਰੀਕੇ ਨਾਲ ਸਿਰਫ ਕਿਸਾਨ ਵੀਰਾਂ ਦੀ ਹੀ ਉਸ ਇਸ਼ੂ ਦੀ ਗੱਲ ਕਰਨੀ ਚਾਹੀਦੀ ਆ, ਹੋਰ ਇਸ਼ੂ ਮਿਕਸਅਪ ਨਹੀਂ ਕਰਨੇ ਚਾਹੀਦੇ, ਤੇ ਅਸੀਂ ਡਿਪਲੋਮੈਟਿਕ ਤਰੀਕੇ ਦੇ ਨਾਲ ਜੋ ਕਰ ਰਹੇ ਹਾਂ ਆਪਣੇ ਮੈਂਬਰ ਆਫ ਪਾਰਲੀਮੈਂਟ ਨਾਲ, ਹੋਰਾਂ ਨਾਲ, ਉਹ ਪੀਸਫੁਲ ਪ੍ਰੋਟੈਸਟ ਦੀ ਜਿਹੜੀ ਗੱਲ ਸੀ ਉਹ ਤਾਂ ਪ੍ਰਧਾਨ ਮੰਤਰੀ ਕਰ ਹੀ ਚੁੱਕੇ, ਉਹ ਇੰਟਰਨੈਸ਼ਨਲ ਆਲਰੇਡੀ ਡਿਬੇਟ ਹੋ ਚੁੱਕਾ, ਭਾਰਤ ਚ ਵੀ ਹੋ ਚੁੱਕਾ ਆ, ਪਰ ਹੁਣ ਸਾਨੂੰ ਸਭ ਤੋਂ ਵੱਧ ਲੋੜ ਇਹ ਹੈਗੀ ਆ, ਅਗਰ ਅਸੀਂ ਸਹੀ ਮਦਦ ਕਰਨੀ ਆ, ਇੱਕ ਗੱਲ ਕਰੀਏ ਕਿ ਜਿਹੜੀ ਵੀ ਬਿਆਨਬਾਜ਼ੀ ਕਰਨੀ ਆ ਸੋਸ਼ਲ ਮੀਡੀਆ ਤੇ ਜਾਂ ਪਬਲਿਕਲੀ ਜਾਂ ਕੋਈ ਰੋਸ ਮੁਜ਼ਾਹਰਾ ਆ, ਉਹੋ ਜਿਹੀ ਕਰੋ ਜਿਹੜੇ ਸਾਡੇ ਵੀਰ ਉੱਥੇ ਬੈਠੇ ਉਹਨਾਂ ਨੂੰ ਨੁਕਸਾਨ ਨਾ ਹੋਵੇ, ਜਾਂ ਉਹਨਾਂ ਦਾ ਅੰਦੋਲਨ ਆ ਉਹ ਸ਼ੁਕਰੀਆ ਕਿਸੇ ਹੋਰ ਪਾਸੇ ਨੂੰ ਕੋਈ ਵੀ ਗੱਲ ਇੱਥੋਂ ਬੈਠਾ ਵੀ ਭਾਵੇਂ ਕੋਈ ਕਹਿ ਦਿੰਦਾ, ਉੱਥੇ ਜਿਹੜੇ ਬੈਠੇ ਲੋਕ ਆ ਉਹਨਾਂ ਦੇ ਵਾਸਤੇ ਬੜੀ ਵੱਡੀ ਗੱਲ ਹੋ ਜਾਂਦੀ, ਮੀਡੀਆ ਉਹਨੂੰ ਕਿਸੇ ਹੋਰ ਹਿਸਾਬ ਨਾਲ ਦਿਖਾਲਦਾ। ਬਿਲਕੁਲ ਠੀਕ, ਫਿਰ ਉਹ ਕਿਸੇ ਗੱਲ ਨੂੰ ਜਦੋਂ ਆਪਾਂ ਨੂੰ ਜੋੜਦੇ ਆ ਫਿਰ ਆਪਾਂ ਨੂੰ ਗੁੱਸਾ ਵੀ ਲੱਗਦਾ, ਔਰ ਜਿਹੜੇ ਇਸ ਟਾਈਮ ਉਹ ਇੱਦਾਂ ਦੇ ਪੱਧਰੇ ਥਾਂ ਤੇ ਆ ਕੇ ਬੈਠੇ ਉਹ ਘਿਰਿਓ ਬੈਠੇ ਆ, ਵੀ ਜੇ ਉਹਨਾਂ ਦੇ ਕੋਈ ਇੱਦਾਂ ਦੀਆਂ ਗੱਲਾਂ ਕੋਈ ਖਿਲਾਫ ਗਈਆਂ ਤਾਂ ਉੱਥੇ ਨੁਕਸਾਨ ਆਪਣਾ ਹੋ ਜਾਣਾ, ਵੀ ਪਲੀਜ਼ ਇਸ ਗੱਲ ਨੂੰ ਸਿਰਫ ਉਸੇ ਗੱਲ ਤੱਕ ਰੱਖਿਆ ਜਾਵੇ ਵੀ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਜਾਂ ਸਾਡੇ ਤੇ ਜੋ ਥੋਪਿਆ ਗਿਆ ਅਸੀਂ ਉਹਨਾਂ ਦੀ ਸਿਰਫ ਕਰਨੀ ਆ ਗੱਲ, ਹੋਰ ਵੱਖਰੇ ਟਰੈਕ ਤੇ ਨਾ ਜਾਈਏ। ਬਿਲਕੁਲ ਠੀਕ ਹੈ ਬਾਬੀ ਜੀ ਔਰ ਮਨਨ ਜੀ, ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। For all our latest updates, please subscribe G Media Group YouTube channel and press the bell icon.